ਜੌਬ ਡਨ ਹੋ ਗਈ ਕਾਰ ਚੋਰੀ ਕਰਕੇ ਦੇਤੀ ਹੁਣ ਉਹਨੇ ਵਧੀਆ ਰੇਟ ਚ ਵੇਚ ਦੇਣੀ ਹੈ ਜੀ ਟੀ ਦਾ ਮਿਸ਼ਨ ਚੱਲ ਰਿਹਾ ਵਾ ਉਹ ਮੈਂ ਥੋੜਾ ਬਈ ਆਫੂ ਕੌਣ ਜੀਨੀਅਸ ਦੱਸ ਦੇ ਹੁਣ ਆਪਾਂ ਵਲੌਗ ਸ਼ੁਰੂ ਕਰਨ ਜਾ ਰਹੇ ਹਾਂ ਕਿਉਂ ਜ਼ਾਕੀ ਹਾਂਜੀ ਵੈਲਕਮ ਆ ਜੀ ਥੋੜਾ ਸਾਡੇ ਵਲੌਗ ਦੇ ਵਿੱਚ ਡੂਬਰੋ ਚੈਨਲ ਦਾ ਨਾਮ ਤੇ ਜ਼ਾਕੀ ਵੀ ਟਰਾਈ ਕਰ ਰਿਹਾ ਆਪਦੇ ਵਲੌਗ ਬਣਾਉਣ ਦੀ ਪਰ ਜ਼ਾਕੀ ਜਿੰਨਾ ਚੱਕਰ ਪੜ੍ਹਨ ਨਹੀਂ ਲੱਗਦਾ ਆਪਦੀ ਸਟੱਡੀ ਨਹੀਂ ਕਰਦਾ ਫਿਰ ਉਹਨਾਂ ਟਾਈਮ ਤੱਕ ਕੁਛ ਨਹੀਂ ਕਰੂਗਾ ਤੇ ਇਕੱਲਾ ਫੋਕਸ ਹੀ ਕਰੂਗਾ ਸਟੱਡੀ ਦੇ ਉੱਤੇ ਕਿਉਂ ਜ਼ਾਕੀ ਏਦਾਂ ਹੀ ਆ ਤੇਰੇ ਸਕੂਲ ਦਾ ਨਾਮ ਕੀ ਆ ਭੁੱਲ ਗਿਆ ਇਹ ਭੁੱਲ ਗਿਆ ਸਾਡਾ ਦੇਸੀ ਬੰਦਾ ਬਿਲਕੁਲ ਹੀ ਤੇ ਸਕੂਲ ਦਾ ਨਾਮ ਭੁੱਲ ਗਿਆ ਸਕੂਲ 'ਚ ਐਡਮਿਸ਼ਨ ਹੋ ਚੁੱਕੀ ਹੈ ਇਹਦੀ ਉਹ ਪਿੱਛੇ ਬੈਠਾ ਇੱਕ ਤੇ ਵਲੌਗ ਆਪਾਂ ਸਟਾਰਟ ਕਰ ਲਿਆ ਮੇਨ ਸਟਾਰਟ ਕਰਨ ਦਾ ਰੀਜ਼ਨ ਇਹ ਆ ਚਿਕਨ ਦੀ ਰੈਸਿਪੀ ਕਿਵੇਂ ਬਣਦੀ ਆ ਆਪਾਂ ਛੋਤਾ ਕਿਹੜਾ ਚਿਕਨ ਆ ਤੰਦੂਰੀ ਚਿਕਨ ਬਣਾ ਰਹੇ ਹਾਂ ਤੰਦੂਰੀ ਚਿਕਨ ਕਿਹੜਾ ਰਮਜ਼ਾਨ ਸਟਾਰਟ ਹੋ ਗਿਆ ਰਮਜ਼ਾਨ ਕਰੀਮ ਦੁਬਈ ਦੇ ਵਿੱਚ ਕੱਲ ਨੂੰ ਕੀ ਆ ਕੱਲ ਨੂੰ ਰੋਜ਼ਾ ਹੈ ਨਾ ਕੱਲ ਨੂੰ ਪਹਿਲਾ ਰੋਜ਼ਾ ਵਾ ਆਹੋ ਯੈਸ ਕੱਲ ਨੂੰ ਕੀ ਆ ਰੋਜ਼ਾ ਤੂੰ ਰੱਖਣਾ ਨੋਪ ਸਕੂਲ ਸਕੂਲ ਵਨ ਮੋਰ ਡੇ ਸਕੂਲ ਦਨ ਦੇ ਰੈਸਟ ਆਫ ਦ ਮੰਥ ਰੋਜ਼ਾ ਓਕੇ ਇਹਨਾਂ ਲਈ ਮੇਰਾ ਹੁਣ ਆਫੂ ਸਕੂਲ ਜਾ ਕੇ ਮੈਂ ਰੋਜ਼ਾ ਰੱਖੂ ਚੱਲ ਠੀਕ ਆ ਇਹ ਮੇਰੇ ਨਾਲ ਦੋ ਬੰਦੇ ਹੈਗੇ ਆ ਕੱਲ ਨੂੰ ਆਪਣਾ ਪਹਿਲਾ ਰੋਜ਼ਾ ਸਟਾਰਟ ਹੋਣ ਜਾ ਰਿਹਾ ਵਾ ਤੇ ਰੋਜ਼ੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਸਹਿਰੀ ਦੀਆਂ ਹਨਾ ਤੇ ਉਹਦੇ ਲਈ ਬਣਾਇਆ ਜਾ ਰਿਹਾ ਮਤਲਬ ਸਹਿਰੀ 'ਚ ਤਾਂ ਆਪਾਂ ਹਲਕਾ ਫੁਲਕਾ ਹੀ ਖਾਵਾਂਗੇ ਉਹਦੇ 'ਚ ਸ਼ਾਹੀ ਪਨੀਰ ਬਣਾਇਆ ਹੋਇਆ ਪਾਲਕ ਪਨੀਰ ਸੋਰੀ ਪਾਲਕ ਪਨੀਰ ਬਣਾਇਆ ਜਿਹੜਾ ਸਹਿਰੀ ਲਈ ਬਣਾਇਆ ਹਨਾ ਅਤੇ ਜਿਹੜਾ ਆਪਾਂ ਇਫਤਾਰ ਲਈ ਉਹ ਐਡਵਾਂਸ 'ਚ ਪ੍ਰਿਪੇਅਰ ਕਰਕੇ ਰੱਖਣਾ ਚਿਕਨ ਮੈਰੀਨੇਟ ਕਰਕੇ ਹਨਾ ਅਤੇ ਇਸ ਵਾਰ ਇਹ ਆਹ ਰੋਜ਼ਿਆਂ 'ਚ ਆਪਾਂ ਥੋੜ੍ਹਾ ਜਿਹਾ ਹੋ ਲਿਆ ਪ੍ਰਣ ਲਿਆ ਆਪਾਂ ਹੈ ਇੱਕ ਹਾਂ ਅਤੇ ਵੀ ਤੜਕਿਆ ਹੋਇਆ ਤਲਿਆ ਹੋਇਆ ਪਕੌੜੇ ਚਕੌੜੇ ਮਤਲਬ ਇਸ ਵਾਰ ਟਰਾਈ ਕਰੋਂਗੇ ਮਤਲਬ ਇਹ ਪੋਸੀਬਲ ਨਹੀਂ ਹੈਗਾ ਮੇਰੇ ਲਈ ਲੇਕਿਨ ਟਰਾਈ ਜ਼ਰੂਰ ਕਰਾਂਗੇ ਵੀ ਆਪਾਂ ਤਲੀਆਂ ਹੋਈਆਂ ਚੀਜ਼ਾਂ ਨਾ ਖਾਈਏ ਕਿਉਂ ਆਹੋ ਪਤਾ ਨਹੀਂ ਅਤੇ ਉਹਦੇ ਲਈ ਅਸੀਂ ਥੋੜ੍ਹਾ ਚੇਂਜ ਕੀਤਾ ਵਾ ਏਅਰ ਫਰਾਇਰ ਚਿਕਨ ਬਣਾਵਾਂਗੇ ਜਿਵੇਂ ਆਪਾਂ ਕਿਹੜਾ ਚਿਕਨ ਛੁੱਤਾ ਹੈ ਫਿਰ ਬੋਲ ਤੰਦੂਰੀ ਚਿਕਨ ਰੈਸਪੀ ਹਾਂ ਤੰਦੂਰੀ ਚਿਕਨ ਸਪੈਸ਼ਲ ਪੀਸ ਮੰਗਾ ਲਏ ਨੇ ਤੁਹਾਨੂੰ ਮੈਂ ਦੱਸ ਦਿੰਦਾ ਕਿਵੇਂ ਕਿਵੇਂ ਆਪਾਂ ਇਹਨੂੰ ਬਣਾਉਣ ਜਾ ਰਹੇ ਹਾਂ ਮੇਨ ਮੁੱਦਾ ਤਾਂ ਇਹੀ ਆ ਕਿ ਤੁਹਾਨੂੰ ਰੈਸਪੀ ਦਿਖਾਈ ਜਾਵੇ ਇਹਦੀ ਪ੍ਰਿਪਰੇਸ਼ਨ ਦਿਖਾਈ ਜਾਵੇ ਇਹ ਕਿਵੇਂ ਬਣਿਆ ਔਰ ਬਣਾਉਣ ਤੋਂ ਬਾਅਦ ਕਿਹੋ ਜਿਹਾ ਲੱਗੂਗਾ ਉਹਦੇ ਲਈ ਵੀ ਆਪਾਂ ਇੱਕ ਕਲਿੱਪ ਜ਼ਰੂਰ ਬਣਾ ਲਾਂਗੇ ਸਲੀਮ ਗਿਆ ਹੋਇਆ ਬਾਹਰ ਅਤੇ ਉਹ ਆਊਗਾ ਡਿਊਟੀ ਗਿਆ ਹੋਇਆ ਡਿਊਟੀ ਤੋਂ ਵਾਪਸ ਆਊ ਕੰਮ 'ਤੇ ਅਤੇ ਹੈ ਨਾ ਅੱਜ ਸੰਡੇ ਆ ਸੰਡੇ ਦਾ ਦਿਨ ਆ ਮੌਜਾਂ ਲੁੱਟੋ ਹੈ ਕਿ ਨਹੀਂ ਚਲੋ ਫਿਰ ਮਿਲਦੇ ਹਾਂ ਤੁਹਾਨੂੰ ਰੈਸਪੀ ਸਿੱਧਾ ਟੇਬਲ ਦੇ ਉੱਤੇ ਬਬਾਸ ਚਲੋ ਤੁਹਾਨੂੰ ਹੁਣ ਮੈਂ ਲੈ ਚੱਲਾਂ ਮਤਲਬ ਇੱਕ ਆਪਣੀ ਕਿਚਨ ਦੇ ਵਿੱਚ ਕਿਚਨ 'ਚ ਸਮਾਨ ਰੈਡੀ ਹੋ ਰਿਹਾ ਵਾ ਹੈ ਨਾ ਅਤੇ ਤੁਹਾਨੂੰ ਮੈਂ ਦੱਸਦਾ ਕੀ ਹੈਗਾ ਪੁੱਤ ਇਹ ਲੰਚ ਹੈਗਾ ਮਤਲਬ ਉਹ ਸਾਡਾ ਬੰਦਾ ਦੇਸੀ ਆ ਪਿਓਰ ਅਤੇ ਉਹ ਲੰਚ ਹੀ ਹੈਗਾ ਉਹਦੇ ਲਈ ਇਸ ਵਕਤ ਡਿਨਰ ਦਾ ਟਾਈਮ ਹੋ ਚੁੱਕਿਆ ਅਤੇ ਚਿਕਨ ਦਿਖਾ ਰਿਹਾ ਮੈਂ ਤੁਹਾਨੂੰ ਉਹਦਾ ਪਹਿਲਾ ਸਟੈਪ ਜਿਹੜਾ ਪਹਿਲਾ ਸਟੈਪ ਮੈਰੀਨੇਸ਼ਨ ਦਾ ਮੈਰੀਨੇਟ ਦਾ ਮੈਰੀਨੇਟ ਕੀਤਾ ਅਸੀਂ ਪਹਿਲਾ ਸਟੈਪ ਆ ਉਹਦੇ ਵਿੱਚ ਆਪਾਂ ਪਾਇਆ ਰੈੱਡ ਚਿਲੀ ਪਾਊਡਰ ਸਾਲਟ ਅਤੇ ਲੈਮਨ ਤਿੰਨ ਆਈਟਮਾਂ ਪਾਈਆਂ ਪਹਿਲਾ ਸਟੈਪ ਮੈਰੀਨੇਟ ਕਰਕੇ ਰੱਖਤਾ ਪੀਜ਼ਾ ਆਪਾਂ ਆਓ ਦੇਖੀਏ ਓਕੇ ਜੀ ਆਪਣਾ ਚਿਕਨ ਆ ਚਿਕਨ ਦੇ ਪੀਸ ਆਪਾਂ ਮੰਗਵਾ ਲਏ ਸੀਗੇ ਬਾਹਰੋਂ ਅਤੇ ਕੱਟ ਲੱਗੇ ਲਗਾਏ ਆ ਗਏ ਸੀਗੇ ਇਹ ਕੁਆਟਰ ਪੀਸ ਕਹਿੰਦੇ ਇਹਨੂੰ ਹੈ ਨਾ ਅਤੇ ਇਹਨੂੰ ਆਪਾਂ ਮੈਰੀਨੇਸ਼ਨ ਦਾ ਪਹਿਲਾ ਸਟੈਪ ਆ ਜਿਹਦੇ ਵਿੱਚ ਆਪਾਂ ਪਾਇਆ ਰੈੱਡ ਚਿਲੀ ਠੀਕ ਆ ਸਾਲਟ ਥੋੜ੍ਹਾ ਜਿਹਾ ਅਤੇ ਲੈਮਨ ਕੱਟ ਕੇ ਇਹਦੇ ਵਿੱਚ ਪਾ ਕੇ ਫਸਟ ਸਟੈਪ ਆਪਾਂ ਕਰਤਾ ਮੈਰੀਨੇਟ ਦੇਸੀ ਹਿਸਾਬ ਨਾਲ ਹੈ ਨਾ ਹੁਣ ਰੱਖਾਂਗੇ ਥੋੜ੍ਹਾ ਟਾਈਮ ਆਪਾਂ ਥੋੜ੍ਹੇ ਟਾਈਮ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਦੂਜੇ ਸਟੈਪ ਵੱਲ ਕਿਉਂ ਬਈ ਯੋ ਬੇਬੀ ਯੋ ਸਟੈਪ ਚਲੋ ਜੀ ਇਹਨੂੰ ਆਪਾਂ ਹੁਣ ਰੱਖ ਦਿੰਦੇ ਹਾਂ ਬਾਏ ਬਾਏ ਅਤੇ ਜਦੋਂ ਆਪਾਂ ਸੈਕਿੰਡ ਸਟੈਪ ਇਹਨੂੰ ਆਪਾਂ ਕੈਰੀ ਔਨ ਕਰਾਂਗੇ ਵੈਸੇ ਮੈਂ ਨਹੀਂ ਬਣਾ ਰਿਹਾ ਇਹ ਬਣਾਇਆ ਜਾ ਰਿਹਾ ਮੇਰੀ ਵਾਈਫ ਦੇ ਥਰੂ ਹੈ ਨਾ ਉਹ ਰੈਸਿਪੀ ਸਾਰਾ ਕੁਛ ਉਹਦਾ ਹੀ ਕੀਤਾ ਸਾਰਾ ਕੀਤਾ ਕਰਾਇਆ ਵਾ ਇਸ ਵਾਰ ਮੈਂ ਸਿਰਫ ਵੀਡੀਓ ਬਣਾ ਰਿਹਾ ਕਿ ਚਿਕਨ ਦੀ ਇੱਕ ਨਵੀਂ ਜੀ ਯੂਨੀਕ ਜੀ ਰੈਸਿਪੀ ਅਤੇ ਮੁੰਡਿਆਂ ਨੂੰ ਜਿਹੜੀ ਪਸੰਦ ਆਊਗੀ ਖਾਣ ਪੀਣ 'ਚ ਔਰ ਈਜ਼ੀ ਵੇ ਨਾਲ ਚਲੋ ਜੀ ਫਿਰ ਨੈਕਸਟ ਵੀਡੀਓ 'ਚ ਮਿਲਦਾ ਜਦੋਂ ਆਪਾਂ ਸੈਕਿੰਡ ਸਟੈਪ ਮੈਲਡ ਕਰਨਾ ਨਾ ਉਦੋਂ ਮਿਲਦਾ ਬਾਬਾ ਲੋ ਵੀ ਆਪਾਂ ਆ ਗਏ ਹਾਂ ਸੈਕਿੰਡ ਸਟੈਪ 'ਤੇ ਚਿਕਨ ਦੇ 'ਤੇ ਠੀਕ ਹੈ ਅਤੇ ਪਹਿਲਾ ਸਟੈਪ ਤੁਹਾਨੂੰ ਦੱਸਤਾ ਸੀਗਾ ਉਸ ਤੋਂ ਬਾਅਦ ਜਿਹੜਾ ਹੁਣ ਆਪਾਂ ਸੈਕਿੰਡ ਸਟੈਪ ਮੈਰੀਨੇਸ਼ਨ ਕਰਨਾ ਜਿਹੜਾ ਆਪਾਂ ਮੈਰੀਨੇਟ ਕਰਨਾ ਚਿਕਨ ਨੂੰ ਸੈਕਿੰਡ ਸਟੈਪ ਉਹਦੇ 'ਤੇ ਹੁਣ ਆਪਾਂ ਜੰਪ ਕਰਨ ਲੱਗਿਆ ਜੰਪ ਕਰਕੇ ਨਾ ਫਿਰ ਤੁਹਾਨੂੰ ਦੱਸਦੇ ਹਾਂ ਘੈਂਟ ਜਿਹੇ ਤਰੀਕੇ ਨਾਲ ਚਿਕਨ ਕਿਵੇਂ ਬਣਦਾ ਹੈ ਨਾ ਆ ਜਾਓ ਫਿਰ ਠੀਕ ਹੈ ਫਿਰ
ਲੋ ਵੀ ਮਿੱਤਰੋ ਮੈਂ ਚੰਗੀ ਤਰ੍ਹਾਂ ਸਮਝਿਆ ਪਹਿਲਾਂ ਵੀ ਕੀ ਪਾਇਆ ਆ ਹਨਾ ਤੇ ਕੀ ਕਿਹੜਾ ਕਿਹੜਾ ਮਸਾਲਾ ਉਹਦੇ ਵਿੱਚ ਜਾ ਰਿਹਾ ਮੇਰੇ ਤਾਂ ਦਿਮਾਗ ਤੋਂ ਬਾਹਰ ਹੋਈ ਆ ਮੇਰੇ ਤਾਂ ਦਿਮਾਗੋਂ ਮਤਲਬ ਬਾਹਰ ਹੋਇਆ ਪਿਆ ਕਹਾਣੀ ਸਿਸਟਮ ਆ ਜਾਓ ਤੁਹਾਨੂੰ ਪਲੇਟ ਤੇ ਲੈ ਚੱਲਾਂ ਮੈਂ ਜਿੱਥੇ ਪਿਆ ਸਮਾਨ ਆ ਪਿਆ ਚਿਕਨ ਪਹਿਲਾ ਸਟੈਪ ਤੇ ਇਹਦੇ ਵਿੱਚ ਆ ਹੈਗਾ ਪੇਸਟ ਇਹਦੇ ਵਿੱਚ ਸਰੋਂ ਦਾ ਤੇਲ ਪਾ ਕੇ ਆਪਾਂ ਹਲਕਾ ਜਿਹਾ ਹਨਾ ਤੇ ਉਹਦੇ ਵਿੱਚ ਉਹਨੂੰ ਆਪਾਂ ਗਰਮ ਕੀਤਾ ਗਰਮ ਕਰਕੇ ਹਲਕਾ ਜਿਹਾ ਗਰਮ ਕੀਤਾ ਪੂਰਾ ਨਹੀਂ ਅਤੇ ਉਸ ਤੋਂ ਬਾਅਦ ਵਿੱਚ ਕੀ ਮਸਾਲਾ ਪਾਇਆ ਸੀ ਤਾਂ ਆਪਾਂ ਲਾਲ ਮਿਰਚ ਪਾਈ ਆ ਅਤੇ ਫਿਰ ਜਿਹੜਾ ਟੰਗਿਆ ਹੋਇਆ ਦਹੀਂ ਹੁੰਦਾ ਵਾ ਹੰਗ ਕੜ ਕਹਿੰਦੇ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਉਹਨੂੰ ਹੰਗ ਕੜ ਕਹਿੰਦੇ ਆ ਭਾਈ ਜਿਹੜਾ ਟੰਗ ਕੇ ਦਹੀਂ ਉਹ ਪਾਣੀ ਕੱਢ ਕੇ ਨਹੀਂ ਪਾਉਂਦੇ ਦਹੀਂ ਉਹ ਪਾ ਕੇ ਇਹਨੂੰ ਮਿਕਸ ਕੀਤਾ ਠੀਕ ਆ ਫਿਰ ਆ ਜਾਓ ਹੁਣ ਆਪਾਂ ਆਹ ਵਾਲੇ ਜੰਪ 'ਤੇ ਹੁਣ ਇੱਥੇ ਆਪਣਾ ਪਿਆ ਮਸਾਲਾ ਇਹ ਠੀਕ ਆ ਆਹ ਤਾਂ ਪਿਆ ਚਿਕਨ ਮਸਾਲਾ ਹੈ ਨਾ ਅਤੇ ਆਹ ਛੋਤਾ ਕੀ ਆ ਜੀਰਾ ਪਾਊਡਰ ਇਹ ਜੀਰਾ ਪਾਊਡਰ ਇਹ ਲੈਮਨ ਆਹ ਚਾਟ ਇਹ ਚਾਟ ਮਸਾਲਾ ਹੋ ਗਿਆ ਹਲਕੀ ਜਿਹੀ ਰੋਸਟਡ ਮੇਥੀ ਆ ਇਹ ਆਹ ਤਾਂ ਆਪਣੀ ਮਿਰਚੀ ਆ ਹੈ ਨਾ ਅਤੇ ਫਿਰ ਉਸ ਤੋਂ ਬਾਅਦ ਆ ਗਿਆ ਇਹ ਪੀਸਿਆ ਹੋਇਆ ਗ੍ਰਾਇੰਡ ਕੀਤਾ ਹੋਇਆ ਅਦਰਕ ਅਦਰਕ ਦਾ ਪੇਸਟ ਠੀਕ ਆ ਇਹਨਾਂ ਨੂੰ ਮਿਕਸ ਕਰਕੇ ਹੁਣ ਆਪਾਂ ਤੁਹਾਡੇ ਸਾਹਮਣੇ ਮਿਕਸ ਕਰਕੇ ਮੈਰੀਨੇਟ ਕਰਕੇ ਰੱਖਣਾ ਹੈ ਨਾ ਉਹ ਕਰਦੇ ਹਾਂ ਪ੍ਰੋਗਰਾਮ ਚਲੋ ਆ ਜਾਓ ਲਓ ਵੀ ਆਹ ਐੱਗ ਰਹਿ ਗਏ ਸੀ ਦੋ ਐੱਗ ਪਾਉਣ ਲੱਗੇ ਆਪਾਂ ਆਂਡੇ ਅਤੇ ਇਕੱਲਾ ਇਹਦਾ ਵਾਈਟ ਪਾਰਟ ਪਾਉਣਾ ਵਾ ਠੀਕ ਹੈ ਜੀ ਆਹ ਇੱਕ ਹੋ ਗਿਆ ਅਤੇ ਆਹ ਇਹਦਾ ਆਪਾਂ ਯੈਲੋ ਪਾਰਟ ਮਾਰਿਆ ਲਾਂਭੇ ਕਰਕੇ ਠੀਕ ਹੈ ਜੀ ਇਹ ਨਹੀਂ ਪਾਉਣਾ ਗਾ ਆਹ ਹੋ ਗਿਆ ਹੁਣ ਤੁਹਾਡਾ ਸੈਕਿੰਡ ਐੱਗ ਤੁਹਾਡਾ ਹੈਗਾ ਤਾਂ ਮੁਰਗੀ ਦਾ ਐੱਗ ਚਲੋ ਜੀ ਆ ਜਾਓ ਫਿਰ ਨੈਕਸਟ ਆ ਜਾਓ ਵੀ ਸਾਥੀਓ ਤੁਹਾਨੂੰ ਮੈਂ ਦੱਸਦਾ ਹਿਸਾਬ ਕਿਤਾਬ ਕੀ ਪੈਂਦਾ ਵਾ ਹੈ ਨਾ ਅਤੇ ਆਪਾਂ ਪਹਿਲਾਂ ਪਾ ਲਈਏ ਮਸਾਲਾ ਠੀਕ ਹੈ ਆਹ ਪੇਸਟ ਦੇ ਵਿੱਚ ਸਾਰਾ ਮਸਾਲਾ ਹੀ ਪਾ ਲੈਣਾ ਹੁੰਦਾ ਤਕਰੀਬਨ ਅਤੇ ਇੰਨੀ ਹੋ ਗਈ ਲਾਲ ਮਿਰਚ ਆਹ ਮਸਾਲਾ ਠੀਕ ਹੈ ਮੇਥੀ ਸਾਰਾ ਪਾ ਕੇ ਇਹ ਗ੍ਰਾਇੰਡ ਕੀਤਾ ਹੋਇਆ ਮਸਾਲਾ ਦੋਸਤੋ ਅਤੇ ਹੁਣ ਆਪਾਂ ਆ ਗਏ ਹਾਂ ਇਸ ਤੋਂ ਬਾਅਦ ਪਾਵਾਂਗੇ ਆਪਾਂ ਐੱਗ ਐੱਗ ਜਾ ਰਿਹਾ ਵਾ ਇਹਨੂੰ ਆਪਾਂ ਮਿਕਸ ਕਰਦੇ ਹਾਂ ਥੋੜ੍ਹਾ ਜਿਹਾ ਵੇਟ ਕਰੋ ਆ ਗਿਆ ਆਪਣਾ ਪੇਸਟ ਗਾਰਲਿਕ ਪੇਸਟ ਗਾਰਲਿਕ ਜਿੰਜਰ ਪੇਸਟ ਆ ਗਿਆ ਚਲੋ ਇੱਕ ਚੀਜ਼ ਵੀ ਕਹਾਣੀ ਹੁਣ ਆਪਾਂ ਰਹਿ ਗਿਆ ਲੈਮਨ ਇਹ ਪਾਵਾਂਗੇ ਲੈਮਨ ਆਪਾਂ ਪੂਰੇ ਸਕੀਸ ਕਰਕੇ ਤਾਂ ਜੋ ਥੱਲੇ ਵਿੱਚ ਬੀ ਬੂਝੇ ਨਾ ਚਲੇ ਜਾਣ ਯੋਗਾ ਤਾਂ ਕੀ ਲਓ ਜੀ ਇਹ ਹੋ ਗਿਆ ਆਪਣਾ ਲੈਮਨ ਦਾ ਹਿਸਾਬ ਕਿਤਾਬ ਸਾਰਾ ਬੀ ਵੀ ਗਏ ਅੰਦਰ ਇਹਨੂੰ ਆਪਾਂ ਰੱਖ ਦਿਓ ਇੱਥੇ ਸਾਈਡ 'ਤੇ ਅਤੇ ਹੁਣ ਆਪਾਂ ਇਹਨੂੰ ਕਰ ਦਈਏ ਮਿਕਸ ਹੈਂਡ ਆਪਾਂ ਵਾਸ਼ ਕੀਤੇ ਹੋਏ ਨੇ ਠੀਕ ਆ ਲੇਕਿਨ ਫਿਰ ਵੀ ਤੁਹਾਡੇ ਸਾਹਮਣੇ ਵਾਸ਼ ਕਰ ਲੈਣਾ ਅਤੇ ਸੋਲਟ ਰਹਿ ਗਿਆ ਸੀਗਾ ਹੱਥ ਆਪਾਂ ਵਾਸ਼ ਕਰ ਲਏ ਹਾਂ ਅਤੇ ਸੋਲਟ ਰਹਿ ਗਿਆ ਸੀ ਸੋਲਟ ਜ਼ਿਆਦਾ ਨਹੀਂ ਪਾਉਣਾ ਇੱਕ ਚਮਚਾ ਮੈਂ ਪਾਉਣਾ ਮਤਲਬ ਚੌਟਕੀਆਂ ਦਾ ਹਿਸਾਬ ਕਿਤਾਬ ਵੀ ਆਪਣਾ ਦੇਸੀ ਅਤੇ ਆ ਜਾਓ ਵੀ ਹੁਣ ਇਹਨੂੰ ਆਪਾਂ ਕਰਾਂਗੇ ਮਿਕਸ ਸਾਰੇ ਮਸਾਲੇ ਨੂੰ ਗਲਵਸ ਵੀ ਪਾ ਸਕਦੇ ਹੋ ਤੁਸੀਂ ਠੀਕ ਹੈ ਜੇ ਤੁਸੀਂ ਜ਼ਿਆਦਾ ਹੀ ਚਾਹੁੰਦੇ ਹੋ ਵੀ ਤੁਸੀਂ ਜ਼ਿਆਦਾ ਹੀ ਪ੍ਰੈਜੈਂਟ ਕਰਵਾ ਦਿਓ ਆਪਣੇ ਹਾਈਜੀਨ ਲੇਕਿਨ ਆਪਣਾ ਦੇਸੀ ਕੰਮ ਆ ਘਰ ਵਾਲੀ ਚੀਜ਼ ਦਾ ਅਤੇ ਮਸਾਲਾ ਰੈਡੀ ਹੋ ਗਿਆ ਸਮੈਲ ਬੜੀ ਘੈਂਟ ਆ ਰਹੀ ਹੈ ਚਲੋ ਜੀ ਇਹ ਹੋ ਗਈ ਕਹਾਣੀ ਸੈੱਟ ਗੱਠਾਂ ਜੀਆਂ ਨਹੀਂ ਬਣਨੀਆਂ ਚਾਹੀਦੀਆਂ ਇਹਦੀਆਂ ਜਿਹੜੀਆਂ ਉਹ ਥੋੜ੍ਹਾ ਧਿਆਨ ਦੇ ਲਿਓ ਨਹੀਂ ਤਾਂ ਫਿਰ ਉਹ ਜਦੋਂ ਆਪਾਂ ਬਣਾਵਾਂਗੇ ਉਹ ਮੂੰਹ 'ਚ ਆਉਣਗੇ ਫਿਰ ਅਲੱਗ ਹੀ ਟੇਸਟ ਜਿਹਾ ਬਣ ਜਾਂਦਾ ਉਹਦਾ ਹੁਣ ਇੰਨੀ ਕੁ ਚੀਜ਼ ਕਰਕੇ ਕ੍ਰੈਡਿਟ ਮੈਂ ਸਾਰਾ ਆਪਦੇ ਨਾਂ 'ਤੇ ਲਵਾ ਲੈਣਾ ਕਿਉਂਕਿ ਮੈਂ ਹੀ ਬਣਾ ਰਿਹਾ ਅਤੇ ਮੇਰਾ ਹੀ ਟੇਸਟ ਹੈਗਾ ਇਹ ਔਰ ਮੇਰੀ ਹੀ ਮਤਲਬ ਕਾਢ ਕੱਢੀ ਹੋਈ ਹੈ ਰੈਸਪੀ ਦੀ ਹੈਗਾ ਨਾ ਅਤੇ ਚਲੋ ਜੀ ਲਓ ਵੀ ਦੋਸਤੋ ਮਸਾਲਾ ਰੈਡੀ ਖਾ ਗਿਆ ਤੁਹਾਨੂੰ ਦਿਖਾਤਾ ਸੀ ਹੁਣ ਆਪਾਂ ਇਹੀ ਮਸਾਲਾ ਸਾਰਾ ਜਾਊਗਾ ਇਹਦੇ ਉੱਤੇ ਸਾਰਾ ਹੈ
जाकी स्लो करो बेटा, थोड़ा जा कर ला। मतलब अजकल दे जवाक असी नहीं उन्होंने जमया, उन्होंने सानू जमया ऐ लगता वा। ठीक है ਇਹ ਜਿਹੜੀ ਰੈਸਪੀ ਹੈ ਨਾ, ਜਦੋਂ ਤੁਸੀਂ ਪਾਰਟੀ ਸ਼ਾਰਟੀ ਯਾਰਾਂ ਦੋਸਤਾਂ ਨਾਲ ਕਰਦੇ ਹੋ ਅਤੇ ਚਾਰ ਆਪਣੇ ਯਾਰ ਦੋਸਤ ਇਕੱਠੇ ਹੋ ਕੇ ਬਹਿੰਦੇ ਨੇ, ਅਤੇ ਇਹ ਰੈਸਪੀ ਜਦੋਂ ਆਪਾਂ ਚਾਰ ਦੋਸਤ ਬਹਿ ਕੇ ਇਕੱਠੇ ਹੋ ਕੇ ਹੈ ਨਾ, ਫਿਰ ਬੋਤਲ ਬੋਤਲ ਖੁੱਲ੍ਹ ਜਾਂਦੀ ਆ ਅਤੇ ਉਦੋਂ ਫਿਰ ਇਹ ਕੰਮ ਆਉਂਦੇ ਨੇ ਇਹੋ ਜਿਹੀ ਰੈਸਪੀ ਵਾਲੇ। ਫਿਰ ਉਹ ਜਿਹੜੀ ਬੈਚਲਰ ਪਾਰਟੀ ਹੁੰਦੀ ਆ ਹੈ ਨਾ, ਜਿਹਦੇ ਵਿੱਚ ਬੁੜੀਆਂ ਦਾ ਕੋਈ ਲੈਣਾ ਦੇਣਾ ਨਹੀਂ, ਸਿਰਫ ਬੰਦਾ ਹੀ ਬੰਦੇ ਯਾਰ ਦੋਸਤ ਇਕੱਠੇ ਹੋ ਕੇ ਐਨ ਘੜਮਾਸ ਪਾਉਂਦੇ ਨੇ ਪੂਰੀ ਵਧੀਆ ਤਰੀਕੇ ਨਾਲ, ਅਤੇ ਆਹ ਹਾਂਡੀ ਇੱਦਾਂ ਚੜ੍ਹਾਈ ਹੋਵੇ ਨਾਲ, ਇਹਨੂੰ ਗੱਚ ਕਰਕੇ ਪੂਰਾ ਚਿਕਨ ਅਤੇ ਨਾਲ ਚੱਲਦਾ ਹੋਵੇ, ਸਾਰਾ ਮਾਹੌਲ ਬਣਿਆ ਹੋਵੇ, ਫਿਰ ਕਹਾਣੀ ਸੈੱਟ ਰਹਿੰਦੀ ਆ। ਸਮਝ ਗਈ ਗੱਲ ਨੂੰ? ਚਲੋ ਬਾਈ, ਮੈਰੀਨੇਸ਼ਨ ਤਾਂ ਹੋ ਗਈ ਬਾਈ। ਕੌਣ ਜੀਨੀਅਸ ਆ? ਉਹ ਜਾ ਰਹਿਣ ਦੇ ਜੀਨੀਅਸ। ਪਤਾ ਕੀ ਹੋ ਰਿਹਾ, ਇੱਕ ਜੀ ਟੀ ਦਾ ਮਿਸ਼ਨ ਚੱਲ ਰਿਹਾ ਵਾ, ਉਹ ਮੈਂ ਥੋੜਾ ਜਿਹਾ ਲੇਟ ਕਰਤਾ, ਮਤਲਬ ਤੇ ਇਹਨੇ ਤੁੱਕੇ ਨਾਲ ਕਰਤਾ ਉਹਨੂੰ ਪੂਰਾ। ਹੈ ਅੰਗੂਰ ਖੱਟੇ ਨੀ ਹਨ। ਕੌਣ ਜੀਨੀਅਸ ਹੈ ਬਈ ਆਫੂ, ਕੌਣ ਜੀਨੀਅਸ ਦੱਸ ਦੇ। ਚਲੋ ਜੀ ਠੀਕ ਆ, ਤੇ ਹੁਣ ਆਪਾਂ ਪ੍ਰਿਪੇਰੇਸ਼ਨ ਕਰ ਲਈਏ। ਆਪਾਂ ਚਿਕਨ ਨੂੰ ਮੈਰੀਨੇਟ ਕੀਤਾ ਸੀ ਨਾ, ਉਹਨੂੰ ਹੋ ਗਿਆ ਮਤਲਬ ਸਵੇਰੇ ਕੀਤਾ, ਕੱਲ ਰਾਤ ਕੀਤਾ ਸੀਗਾ, ਤੇ ਮੈਂ ਡਿਊਟੀ ਤੋਂ ਜਾ ਜੂ ਕੇ ਆ ਕੇ ਉਹ ਕੇ ਸਾਰਾ ਰੈਡੀ ਕਰਕੇ ਵਾਪਸ। ਹੁਣ ਆਪਣਾ ਟਾਈਮ ਆ ਇਫਤਾਰ ਦਾ, ਕਿੰਨਾ ਟਾਈਮ ਰਹਿ ਗਿਆ ਬਈ ਇਫਤਾਰ ਚ ਦੱਸੋ? ਸੁੱਤਾ ਹਾਫ ਐਨ ਅੱਧਾ ਘੰਟਾ ਰਹਿ ਗਿਆ ਇਫਤਾਰ ਹੀ ਹੋਣ ਦੇ ਵਿੱਚ, ਅਤੇ ਪ੍ਰਿਪੇਰੇਸ਼ਨ ਚੱਲਦੀ ਹੈ, ਅਤੇ ਬੱਚੇ ਟਾਈਮ ਪਾਸ ਕਰ ਰਹੇ ਨੇ ਨਾਲ ਹੀ, ਵੱਡੇ ਕਰ ਰਹੇ ਨੇ। ਠੀਕ ਆ, ਵਧੀਆ ਟਾਈਮ ਪਾਸ ਹੁੰਦਾ ਇਹਦੇ ਨਾਲ, ਅੱਜ ਹੀ ਖੇਡਣ ਲੱਗਿਆ ਵੈਸੇ ਵਿਹਲੇ ਸੀ। ਅਤੇ ਚਲੋ ਵੀ ਕਿਚਨ ਦੇ ਵਿੱਚ ਦੱਸਦਾ ਤੁਹਾਨੂੰ ਕੀ ਹਿਸਾਬ ਕਿਤਾਬ ਪੈਂਦਾ। ਸਿੰਪਲ ਵੇ ਆ, ਇਹਨੂੰ ਕੋਈ ਫਰਾਈ ਨਹੀਂ ਕਰਨਾ, ਆਪਾਂ ਕੁਛ ਨਹੀਂ ਕਰਨਾ, ਸਿਰਫ ਏਅਰ ਫਰਾਇਰ ਦੇ ਵਿੱਚ ਨਾ ਇਹਨੂੰ ਪਾ ਕੇ ਪੀਸ ਨੂੰ ਆਪਾਂ ਕਰਕੇ ਏਅਰ ਫਰਾਇਰ 'ਚ ਫਰਾਈ ਸ਼ਰਾਈ ਹੈ ਨਾ, ਬਾਅਦ 'ਚੋਂ ਖਾਵਾਂਗੇ। ਆਹ ਦੇਖੋ ਮਾਹੌਲ, ਆਹ ਜਿਹੜੇ ਚਿਕਨ ਦੇ ਪੀਸ ਆਪਾਂ ਰੱਖੇ ਸੀਗੇ ਮੈਰੀਨੇਟ ਕਰਕੇ, ਇਹਨਾਂ ਨੂੰ ਹੋ ਗਏ ਮੈਂ ਕਹਿੰਦਾ 8-10 ਘੰਟੇ ਹੋ ਗਏ, ਅਤੇ ਲਾ ਤੇ ਹੁਣ ਦੋ ਦੋ ਪੀਸ ਆਏ ਨੇ ਇਹਦੇ ਵਿੱਚ ਮੈਨੂੰ ਲੱਗਦਾ ਕੁਆਟਰ ਦੇ, ਅਤੇ ਹੁਣ ਓਇਲ ਇਹਦੇ ਵਿੱਚ ਉੱਤੇ ਲਾ ਕੇ ਥੋੜ੍ਹਾ ਜਿਹਾ ਚਲੋ, ਅਤੇ ਹੁਣ ਇਹਨੂੰ ਫਿੱਟ ਕਰ ਦੇਣਾ ਇੱਥੇ, ਚੈੱਕ, ਵੈਰੀ ਸਿੰਪਲ ਵੇ। ਇਸ ਤੋਂ ਬਾਅਦ ਇਹਨੂੰ ਔਨ ਕਰਕੇ ਇਹਦਾ ਟਾਈਮ ਰੋਕੂਗਾ 15-20 ਮਿੰਟ, ਬਾਅਦ ਵਿੱਚ ਹੋ ਜੂਗਾ ਰੈਡੀ। ਪ੍ਰੋਪਰ ਤਿਆਰ ਹੁੰਦਾ ਨਾ ਫਿਰ ਤੁਹਾਨੂੰ ਦਿਖਾਉਂਦੇ ਹਾਂ ਮਾਹੌਲ। ਜਦ ਥਿੰਕ ਆਪਾਂ ਚੱਲਦੇ ਹਾਂ ਬੱਚਿਆਂ ਕੋਲ, ਉਹ ਆ ਗਿਆ ਕਾਰ ਚੋਰੀ ਕਰਕੇ ਸਲਿਮ। ਹਾਂ ਇਹਦੇ ਕੋਲ ਹੀ ਲੈ ਕੇ ਆਉਣੀ ਸੀਗੀ ਕਾਰ ਇਹਨਾਂ ਨੇ। ਜੋਬ ਡਨ ਹੋ ਗਈ, ਕਾਰ ਚੋਰੀ ਕਰਕੇ ਦੇ ਦਿੱਤੀ, ਹੁਣ ਉਹਨੇ ਵਧੀਆ ਰੇਟ 'ਚ ਵੇਚ ਦੇਣੀ ਹੈ। ਤੇ ਚਲੋ ਜੀ ਠੀਕ ਆ, ਅਤੇ ਬਾਕੀ ਹੋਰ ਖਬਰ ਸਰ ਇਹ ਆ, ਆਪਣਾ ਜੁਆਇਨਿੰਗ ਬਟਨ ਆ ਗਿਆ, ਜੁਆਇਨ ਕਰਨ ਲਈ ਮੈਂਬਰਸ਼ਿਪ ਲੈਣ ਲਈ ਜਿਹੜਾ ਹੁੰਦਾ ਵਾ ਯੂਟਿਊਬ 'ਤੇ ਸਬਸਕ੍ਰਾਈਬ ਬਟਨ ਦੇ ਨਾਲ, ਉਹਨੂੰ ਅਗਰ ਤੁਸੀਂ ਕਲਿੱਕ ਕਰਦੇ ਹੋ ਤਾਂ ਤੁਹਾਨੂੰ ਪੇਜ 'ਤੇ ਲੈ ਕੇ ਆਊਗਾ ਥੋੜ੍ਹੀ ਥੋੜ੍ਹੀ ਅਮਾਊਂਟ, ਜ਼ਿਆਦਾ ਨਹੀਂ ਰੱਖੀ, ਛੋਟੀ ਰੱਖੀ ਆ, ਅਤੇ ਤੁਸੀਂ ਵੀ ਮੈਂਬਰ ਬਣ ਸਕਦੇ ਹੋ ਆਪਣੇ ਚੈਨਲ ਦੇ, ਅਗਰ ਤੁਹਾਨੂੰ ਕੰਟੈਂਟ ਵਧੀਆ ਲੱਗਦਾ। ਕਿਉਂ ਅਸਲੀ ਮੈਂ ਓਕੇ ਫਿਰ ਬਾਬਾ ਨਹੀਂ ਹੁੰਦਾ ਸੱਚ ਇਹ ਪਹਿਲਾਂ ਭਾਈ ਸ਼ਾਬਾਸ਼ ਜੋਰ ਸਾਡਾ ਪੂਰਾ ਲੱਗਿਆ ਹੋਇਆ, ਮਤਲਬ ਅਸੀਂ ਮਿਸ਼ਨ ਕੰਪਲੀਟ ਕਰਨਾ ਵਾ, ਤੇ ਇੱਧਰ ਮਿਸ਼ਨ ਵੀ ਕੰਪਲੀਟ ਹੋ ਰਿਹਾ, ਨਾਲੋ ਨਾਲ ਡਿਨਰ ਵੀ ਆ ਗਿਆ ਆਪਣਾ, ਤੇ ਤੁਹਾਨੂੰ ਦਿਖਾਉਣਾ ਚਿਕਨ ਕਿੱਦਾਂ ਦਾ ਬਣਿਆ ਘੈਂਟ ਤਰੀਕੇ ਵਾਲਾ।
लो जी मित्रों आ रिजल्ट आया चिकन का, ठीक है जी। एयर फ्रायर दे विच बनाया, टेस्ट बड़ा घेंट लजीज, स्मैल बहुत वधिया आउंदी आ, ते नाल इहदे फ्राइज चटनी पुदीने की ते नाल खफूस देखो हाथ हुंदी। फिर आ जाओ भी मित्रों खाना खाइए इसलिए मैं चलो भी ठीक है, इत्थे आपां करदे आ ब्लॉग दा एंड। होप सो तुहानू वधिया लग्गिया होऊ, थैंक यू सो मच। अपने चैनल ते जॉइन बटन आ गया, मैंबर जिहड़ा बनूगा उहदा तहे दिलों शुक्रिया धन्नवाद, उहनू बहुत सारा प्यार साडे वल्लों। तो ट्राई करो जॉइन बटन क्लिक करके साडे चैनल दे मैंबर बन जाओ, बड़ी मेहरबानी, ठीक है जी। तो चलो मिलते हैं फिर नैक्सट ब्लॉग दे विच, बाय बाय।